ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖੋ। ਮੈਂ ਆਪ ਨਹੀਂ ਫਸਣਾ ਚਾਹੁੰਦਾ ਸੀਗਾ, ਬਟ ਜਿਹੜੇ ਸਪੌਂਸਰ ਜਾਂ ਪ੍ਰਮੋਟਰ ਕੁਛ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਫਸਾ ਤਾ ਜੀ, ਜਦੋਂ ਫਸਟ ਟਾਈਮ ਖੇਡਣ ਗਿਆ ਮੈਨੂੰ ਇੰਟਰੋਡਿਊਸ ਕਰਾਇਆ ਜੀ ਟਰਮਿਕ ਦਾ ਇੰਜੈਕਸ਼ਨ, ਹੁਣ ਤੋਂ 20 ਕਰੋੜਾਂ ਦੀ ਹੋ ਗਈ ਆ, ਬਟ ਨਾਲ ਨਾਲ ਇਹ ਕਾਰਪੋਰੇਟ ਬਿਜ਼ਨਸ ਬਣ ਚੁੱਕਿਆ ਜੀ, ਅਤੇ ਇਹਦੇ ਵਿੱਚ ਲੋਕ ਕੁਛ ਲੋਕ ਆਪਣਾ ਬਲੈਕ ਮਨੀ ਵੀ ਵਾਈਟ ਕਰਦੇ ਆ। ਪੰਜਾਬ ਦੇ ਵਿੱਚ ਰਾਜਨੇਤਾ ਭਾਵੇਂ ਹੀ ਨਸ਼ਿਆਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਹੋਣ, ਪਰ ਅਸਲੀਅਤ ਇਹ ਹੈ ਕਿ ਨਸ਼ਾ ਹੁਣ ਆਮ ਲੋਕਾਂ ਤੋਂ ਬਾਅਦ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਚੁੱਕਿਆ। ਜੀ ਹਾਂ, ਜਿਸ ਦਾ ਪ੍ਰਤੱਖ ਪ੍ਰਮਾਣ ਹੈ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਗੁਰਦਾਸਪੁਰ ਦੇ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਜਿਸ ਨੇ ਆਪਣਾ ਨਾਮ ਨਾ ਦੱਸਦੇ ਹੋਏ ਕਈ ਅਹਿਮ ਖੁਲਾਸੇ ਕੀਤੇ ਨੇ ਜੋ ਕਿ ਬਿਲਕੁਲ ਚੁਕਾ ਦੇਣ ਵਾਲੇ ਨੇ। ਉੱਥੇ ਹੀ ਅੰਤਰਰਾਸ਼ਟਰੀ ਖਿਡਾਰੀ ਨੇ ਦੱਸਿਆ ਕਿ 2009 ਦੇ ਵਿੱਚ ਉਸਨੇ ਕਬੱਡੀ ਖੇਡ ਨੂੰ ਅਪਣਾਇਆ ਅਤੇ 2012 ਦੇ ਵਿੱਚ ਇੱਕ ਕਬੱਡੀ ਪ੍ਰਮੋਟਰ ਦੇ ਜ਼ਰੀਏ ਉਹ UK ਦੇ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਖੇਡਣ ਦੇ ਲਈ ਗਿਆ। ਉੱਥੇ ਹੀ ਉਸਦੇ ਪ੍ਰਮੋਟਰ ਨੇ ਉਹਨੂੰ ਇੱਕ ਨਸ਼ੀਲਾ ਟੀਕਾ ਲਾਉਣ ਦੇ ਲਈ ਕਿਹਾ। ਜਦੋਂ ਉਸਨੇ ਮਨ੍ਹਾ ਕੀਤਾ ਤਾਂ ਉਸਨੂੰ ਮੈਚ ਤਾਂ ਖਿਡਾਇਆ ਗਿਆ ਪਰ ਮੈਚ ਦੇ ਵਿੱਚ ਰੇਡ ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਗਿਆ, ਜਿਸ ਦੇ ਨਾਲ ਉਸਨੂੰ ਕਾਫੀ ਨਿਰਾਸ਼ਾ ਹੋਈ। ਉਹਦਾ ਕਹਿਣਾ ਸੀ ਕਿ ਇਸ ਤਰ੍ਹਾਂ ਪ੍ਰਮੋਟਰ ਖਿਡਾਰੀਆਂ ਦੇ ਉੱਤੇ ਦਬਾਅ ਬਣਾਉਂਦੇ ਨੇ ਅਤੇ ਉਹ ਇੰਜੈਕਸ਼ਨ ਲਵਾ ਕੇ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਉਸਨੂੰ ਕਹਿੰਦੇ ਨੇ। ਉੱਥੇ ਉਸਨੇ ਦੱਸਿਆ ਕਿ ਬਾਅਦ ਦੇ ਵਿੱਚ ਸਾਥੀ ਖਿਡਾਰੀਆਂ ਦੇ ਕਹਿਣ ਦੇ ਉੱਤੇ ਦੂਜੇ ਮੈਚ ਦੇ ਵਿੱਚ ਟੀਕਾ ਲਗਵਾ ਲਿਆ ਗਿਆ ਅਤੇ ਜਿਸ ਤੋਂ ਬਾਅਦ ਉਸਨੇ ਖੇਡਣ ਦਾ ਉਸਨੂੰ ਮੌਕਾ ਦਿੱਤਾ। ਖਿਡਾਰੀ ਨੇ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਉਸਦੀ ਡੋਜ 1-2 ml ਤੱਕ ਸੀ ਅਤੇ ਹੌਲੀ ਹੌਲੀ 4 ਸਾਲ ਦੇ ਵਿੱਚ ਵੱਧ ਕੇ 5 ml ਤੱਕ ਪਹੁੰਚ ਗਈ। ਉਹ ਇੰਜੈਕਸ਼ਨ ਖਿਡਾਰੀ ਦੇ ਲਈ ਸਟੈਮਿਨਾ ਵਧਾਉਣ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਖਿਡਾਰੀ ਦੇ ਵਿੱਚ 1 ਘੰਟੇ ਦੇ ਲਈ ਇੰਨੀ ਤਾਕਤ ਅਤੇ ਜੋਸ਼ ਆ ਜਾਂਦਾ ਹੈ ਕਿ ਖਿਡਾਰੀ ਕਿਸੇ ਦੇ ਨਾਲ ਵੀ ਭਿੜਨ ਨੂੰ ਤਿਆਰ ਹੋ ਜਾਂਦਾ ਹੈ। ਉੱਥੇ ਉਸਨੇ ਦੱਸਿਆ ਕਿ ਹੌਲੀ ਹੌਲੀ ਖਿਡਾਰੀ ਇਸ ਦਾ ਆਦੀ ਹੋ ਜਾਂਦਾ ਹੈ ਅਤੇ ਫਿਰ ਦੂਜੇ ਨਸ਼ੇ ਦੇ ਵੱਲ ਵੀ ਵਧਣ ਲੱਗਦਾ ਹੈ ਅਤੇ ਆਖਰ ਦੇ ਵਿੱਚ ਖਿਡਾਰੀ ਦਾ ਸਰੀਰ ਜਵਾਬ ਦੇ ਜਾਂਦਾ ਹੈ। ਉਦੋਂ ਹੀ ਇਹੀ ਪ੍ਰਮੋਟਰ ਉਸ ਖਿਡਾਰੀ ਨੂੰ ਪਿੱਛੇ ਕਰ ਦੂਜੇ ਖਿਡਾਰੀਆਂ ਨੂੰ ਅਜਮਾਉਣ ਲੱਗਦੇ ਨੇ। ਉਸਨੇ ਦੱਸਿਆ ਕਿ ਉਹ ਅਮੈਰੀਕਾ, ਕਨੇਡਾ, ਆਸਟ੍ਰੇਲੀਆ ਸਮੇਤ ਕਰੀਬ 1 ਦਰਜਨ ਦੇਸ਼ਾਂ ਦੇ ਕਬੱਡੀ ਦੇ ਵਿੱਚ ਮੈਚ ਖੇਡ ਚੁੱਕਿਆ ਹੈ। ਉੱਥੇ ਹੀ ਉਸਨੇ ਦੱਸਿਆ ਕਿ ਕਬੱਡੀ ਦੇ ਵਿੱਚ ਨਸ਼ੇ ਅਤੇ ਕਾਲੇ ਧਨ ਨੂੰ ਸਫੇਦ ਕਰਨ ਦਾ ਨੈਕਸਸ ਬਹੁਤ ਵੱਧ ਚੁੱਕਿਆ ਹੈ। ਕਾਰਪੋਰੇਟ ਜਗਤ ਦੇ ਵਿੱਚ ਲੋਕ ਆਪਣੇ ਪੈਸੇ ਨੂੰ ਸਫੇਦ ਕਰਨ ਦੇ ਲਈ ਇਸ ਦੇ ਵਿੱਚ ਪੈਸੇ ਲਗਾ ਰਹੇ ਨੇ। ਕਬੱਡੀ ਇਸੇ ਕਾਰਨ ਕਰੋੜਾਂ ਦੀ ਹੋ ਚੁੱਕੀ ਹੈ। ਕਬੱਡੀ ਦੇ ਮੈਚ ਵੀ ਕ੍ਰਿਕਟ ਦੀ ਤਰ੍ਹਾਂ ਫਿਕਸ ਕੀਤੇ ਜਾ ਰਹੇ ਨੇ। ਉੱਥੇ ਉਸਨੇ ਦੱਸਿਆ ਕਿ ਪ੍ਰਮੋਟਰ ਹੀ ਡੋਪ ਟੈਸਟ ਦੇ ਵਿੱਚ ਸੈਟਿੰਗ ਕਰ ਲੈਂਦੇ ਨੇ। ਜੋ ਖਿਡਾਰੀ ਡੋਪ ਟੈਸਟ ਦੇ ਬਾਰੇ ਦੇ ਵਿੱਚ ਗੱਲ ਕਰਦਾ ਪ੍ਰਮੋਟਰ ਉਸਨੂੰ ਕਹਿੰਦੇ ਨੇ ਕਿ ਡੋਪ ਟੈਸਟ ਨੂੰ ਉਹ ਸੰਭਾਲ ਲੈਣਗੇ। ਉੱਥੇ ਉਸਨੇ ਦੱਸਿਆ ਕਿ ਕਬੱਡੀ ਦੇ ਵਿੱਚ ਖੇਡਦੇ ਸਮੇਂ ਉਸ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਉਸਦੇ ਨਸ਼ੇ ਦੀ ਆਦਤ ਦੇ ਕਾਰਨ ਉਸਦੇ ਦੋਸਤ ਵੀ ਉਸ ਤੋਂ ਦੂਰੀ ਬਣਾਉਣ ਲੱਗੇ। ਪ੍ਰਮੋਟਰਾਂ ਨੂੰ ਵੀ ਜੋ ਕੁਝ ਉਸਦੇ ਖੇਡ ਤੋਂ ਚਾਹੀਦਾ ਸੀ ਉਸਨੇ ਲੈ ਲਿਆ। ਪ੍ਰਮੋਟਰ ਹਰ ਖਿਡਾਰੀ ਦੇ ਨਾਲ ਅਜਿਹਾ ਹੀ ਕਰਦੇ ਨੇ। ਨਸ਼ੇ ਨੇ ਹੀ ਉਹਨਾਂ ਦੇ ਖੇਡ ਨੂੰ ਵੀ ਉਸ ਤੋਂ ਦੂਰ ਕਰ ਦਿੱਤਾ ਅਤੇ ਹੁਣ ਉਸ ਨੂੰ ਇਸ ਨਸ਼ੇ ਤੋਂ ਛੁਟਕਾਰਾ ਚਾਹੀਦਾ ਹੈ, ਜਿਸ ਦੇ ਲਈ ਉਹ ਨਸ਼ਾ ਛਡਾਓ ਕੇਂਦਰ ਦੇ ਵਿੱਚ ਦਾਖਲ ਹੋਇਆ ਹੈ। ਉਸਦਾ ਕਹਿਣਾ ਸੀ ਕਿ ਜੇਕਰ ਖਿਡਾਰੀ ਖੇਡਦੇ ਸਮੇਂ ਇੱਕ ਜੁੱਟ ਰਹੇ ਤਾਂ ਇੱਕ ਦੂਸਰੇ ਦਾ ਸਾਥ ਦੇਣ ਤਾਂ ਪ੍ਰਮੋਟਰ ਉਹਨਾਂ ਦਾ ਕੁਛ ਵੀ ਵਿਗਾੜ ਨਹੀਂ ਸਕਦੇ। ਉੱਥੇ ਉਸਨੇ ਸਰਕਾਰ ਤੋਂ ਵੀ ਗੁਹਾਰ ਲਗਾਈ ਹੈ ਕਿ ਖੇਡਾਂ ਦੇ ਵਿੱਚ ਚੱਲ ਰਹੇ ਇਹੋ ਜਿਹੇ ਨੈਕਸਸ ਦੇ ਉੱਤੇ ਨਕੇਲ ਕੱਸ ਕੇ ਉਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਸਰ ਮੈਂ 2012 ਸਟਾਰਟ ਕੀਤੀ ਜੀ,
ਮੈਂ ਫਸਟ ਟਾਈਮ UK, ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ, US, ਕੈਨੇਡਾ, ਦੁਬਈ ਇੱਥੇ ਖੇਡਿਆ ਜੀ। ਕਿੰਨਾ ਸਮਾਂ ਖੇਡੀ? 4.5 ਸਾਲ। ਸਰ ਫਸਟ ਤਾਂ ਮੈਂ ਜਦੋਂ ਇੱਥੇ ਪ੍ਰੈਕਟਿਸ ਕਰਦਾ ਸੀ ਉਦੋਂ ਤਾਂ ਨਹੀਂ ਫਸਿਆ ਸੀਗਾ, ਇੱਦਾਂ ਦਾ ਕੋਈ ਚੱਕਰ ਨਹੀਂ ਸੀਗਾ, ਬਟ ਜਦੋਂ ਇੰਟਰਨੈਸ਼ਨਲ ਖੇਡਣ ਗਿਆ ਫਸਟ ਟਾਈਮ ਉਦੋਂ ਹੀ ਫਸ ਗਿਆ ਸੀਗਾ ਜੀ। ਮੈਂ ਆਪ ਨਹੀਂ ਫਸਣਾ ਚਾਹੁੰਦਾ ਸੀਗਾ, ਬਟ ਜਿਹੜੇ ਸਪੋਂਸਰ ਜਾਂ ਪ੍ਰਮੋਟਰ ਕੁਛ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਫਸਾ ਤਾ ਜੀ। ਔਰ ਜਦੋਂ ਫਸਟ ਟਾਈਮ ਖੇਡਣ ਗਿਆ ਮੈਨੂੰ ਇੰਟਰੋਡਿਊਸ ਕਰਾਇਆ ਜੀ ਟਰਮਰਿਕ ਦਾ ਇੰਜੈਕਸ਼ਨ, ਜਿਹੜਾ ਪਤਾ ਵੀ ਨਹੀਂ ਸੀ ਹੁੰਦਾ ਕੀ ਹੁੰਦਾ, ਦੈਨ ਰਿਫਿਊਜ਼ ਕਰਤਾ ਕਿ ਨਹੀਂ ਲਾਉਣਾ, ਦੈਨ ਉਹਨਾਂ ਨੇ ਗਰਾਊਂਡ ਦੇ ਵਿੱਚ ਖੇਡਣ ਦਿੱਤਾ ਹੀ ਨਹੀਂ। ਫਿਰ ਨਾਲ ਦੀ ਕਲੀਗ ਕਹਿੰਦੇ ਵੀ ਫਿਊਚਰ ਤੇਰਾ ਤਾਂ ਡਵਾਸਟ ਟੋਟਲੀ ਡੰਪ ਹੋ ਗਿਆ ਅਤੇ ਰਿਊਨ ਹੋ ਗਿਆ, ਕੋਈ ਫਾਇਦਾ ਨਹੀਂ, ਅਤੇ ਇੱਥੇ ਤੱਕ ਪਹੁੰਚਣ ਦਾ ਕੀ ਫਾਇਦਾ, ਅਤੇ ਜੇ 1-2 ਮਿਲੀ ਲੈ ਵੀ ਲਉਂਗੇ ਤਾਂ ਕੀ ਗੱਲ ਆ ਨਾ। ਮੈਂ ਵੀ ਸੋਚਿਆ ਯਾਰ ਵੀ ਮੈਂ ਐਡੀ ਦੂਰ ਆਇਆ ਵੀ ਕੀ ਕਰਨਾ ਆ ਨਾ। ਮੇਰਾ ਉਹਨਾਂ ਦੇ ਨਾਲ 16,000 ਪਾਉਂਡ 'ਚ ਕੋਂਟੈਕਟ ਹੋਇਆ ਸੀਗਾ, ਉਹ ਵੀ ਨਹੀਂ ਪੈਸੇ ਮਿਲਣੇ ਸੀਗੇ ਜੀ। ਮੁੜ ਕੇ ਨੈਕਸਟ ਡੇ ਜਦੋਂ ਅਗਲਾ ਮੈਚ ਹੋਇਆ ਯੂਜ਼ ਕਰ ਲਿਆ ਜੀ। ਤੁਸੀਂ ਆਪਾਂ ਸੋਚਦੇ ਹਾਂ ਕਿ ਮੈਂ ਯਾਰ ਜਿੰਨਾ ਚੱਕਰ ਮੇਰੇ 'ਚ ਜਾਨ ਮੈਂ ਖੇਡਣੀ ਆ, ਮੈਂ ਕੈਵਰੇਜ ਲਾਉਣਾ ਕਿ ਮੈਂ 5 ਸਾਲ ਜਾਂ 8 ਸਾਲ ਖੇਡਣੀ ਆ। ਉਹ ਲੋਕ ਕਹਿੰਦੇ ਯਾਰ 8 ਸਾਲ ਤੋਂ ਕੀ ਲੈਣਾ ਤੁਸੀਂ ਯਾਰ, ਉਹਨਾਂ ਤਾਂ ਵਧੀਆ 2 ਸਾਲ ਖੇਡ ਲਓ, ਪੈਸਾ ਤਾਂ ਤੁਹਾਡੇ ਕੋਲ ਆ ਜਾਊਗਾ, 8 ਸਾਲ ਖੇਡ ਲਓਗੇ ਕੀ ਹੋਊਗਾ। ਜਿੱਦਾਂ ਪੁਰਾਣੀ ਕਬੱਡੀ ਹੁੰਦੀ ਸੀਗੀ ਜੀ, ਬਣਾਉਣਾ ਲੈ ਜਾਓ ਘਰ ਨੂੰ ਪਲੇਟਾਂ ਚਮਚੇ ਦੇ ਦਿਓ, ਹੁਣ ਕਬੱਡੀ ਕਰੋੜਾਂ ਦੀ ਹੋ ਗਈ ਆ, ਬਟ ਨਾਲ ਨਾਲ ਹੀ ਕਾਰਪੋਰੇਟ ਬਿਜ਼ਨਸ ਬਣ ਚੁੱਕਿਆ ਜੀ ਇਹ, ਅਤੇ ਇਹਦੇ ਵਿੱਚ ਲੋਕ ਕੁਛ ਲੋਕ ਆਪਣਾ ਬਲੈਕ ਮਨੀ ਵੀ ਵਾਈਟ ਕਰਦੇ ਆ। ਜਿਹੜਾ ਪਲੇਅਰ ਰਿਫਿਊਜ਼ ਕਰਦਾ ਅਤੇ ਉਹਨੂੰ ਬਸ ਕਿੱਕ ਆਊਟ ਕਰਕੇ ਕਹਿੰਦੇ ਚੱਲ ਪਾਈ ਘਰ ਨੂੰ। ਜੇ 2 ਲੱਖ ਦਾ ਇੱਕ ਮੈਚ ਆ ਇੱਥੇ ਇੰਡੀਆ ਦੇ ਵਿੱਚ, ਆਪਾਂ ਅੱਜ ਕੱਲ੍ਹ ਟੂਰਨਾਮੈਂਟ ਹੁੰਦੇ ਆ, ਅਤੇ ਉਹਦੇ ਵਿੱਚੋਂ ਸਪੋਜ਼ ਕਿ ਮੇਰਾ ਸ਼ੇਅਰ 25,000 ਆਉਂਦਾ, ਮੈਂ ਆਪਣੇ ਕੋਚ ਨੂੰ ਰਿਫਿਊਜ਼ ਕਰਤਾ ਕਿ ਮੈਂ ਡਰੱਗ ਨਹੀਂ ਲੈਣੀ ਜਾਂ ਕਿੱਦਾਂ, ਕੋਚ ਨੈਕਸਟ ਡੇ ਕਹੂਗਾ ਉਦਣ ਹੀ ਸ਼ਾਮ ਨੂੰ ਕਹੂਗਾ ਬਈ ਆਹ ਲੈ ਪਿੰਡ ਦਾ ਕਿਰਾਇਆ 1,000 ਰੁਪਈਆ, ਜਸਟ ਗੋ ਟੂ ਯੂਅਰ ਹੋਮ, ਨਥਿੰਗ ਐਲਸ। ਕੀ ਕਾਰਨ ਹੈ ਕਿਉਂ ਡਰੱਗ ਇਸਤੇਮਾਲ ਕਰਨ ਲਈ ਕਹਿੰਦੇ ਆਏ ਤੁਹਾਨੂੰ? ਸਰ ਉਹ ਲੋਕ ਚਾਹੁੰਦੇ ਆ ਨੇਮ ਫੇਮ, ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ ਕਿ ਟਰਮਕ ਜਿਵੇਂ ਮਹਾਜਨ ਜੀ ਨੇ ਕੀਤਾ ਇੰਟਰੋਡਿਊ, ਦੀ ਟਰਮਕ ਕੀ ਹੁੰਦਾ ਨਾ ਬਈ ਇੱਕ ਨੋਰਮਲ ਬੰਦੇ ਨੂੰ ਲਾ ਦਿਓ ਤਾਂ ਝੋਟੇ ਜਿੰਨੀ ਜਾਨ ਆ ਜਾਂਦੀ ਆ, ਅਤੇ ਮੇਰੇ ਮੂਹਰੇ ਇੱਕ ਪਲੇਅਰ ਆ, ਪਹਿਲਾਂ ਮੈਂ ਫਸਟ ਟਾਈਮ ਗਿਆ ਮੈਨੂੰ ਵੀ ਮੈਂ ਫੀਲ ਕਰਦਾ ਸੀਗਾ ਮੈਂ ਵੀ ਯਾਰ ਕਿੱਦਾਂ ਹੋਊਗੀ ਹੈ ਨਾ। ਜਦੋਂ ਉਹ ਯੂਜ਼ ਕੀਤਾ ਮੈਂ ਕਿਹਾ ਵੀ ਜਿਹੜਾ ਆਉਂਦਾ ਕੋਈ ਨਹੀਂ ਚੱਕ ਦਿਆਂਗੇ ਫੱਟੇ, ਹੈ ਨਾ। ਬੰਦੇ 'ਚ ਇੰਨੀ ਜਾਨ ਆਈ ਦੀ ਬੰਦਾ ਕਹਿੰਦਾ ਵੀ ਨਹੀਂ ਤਾਂ ਮੈਂ ਕੰਧ ਪਾੜ ਲੂੰਗਾ ਜੀ, ਮੈਨੂੰ ਛੱਡੋ ਸੀ ਕਿਸੇ ਪਾਸੇ, ਹੈ ਨਾ। ਜਿੱਦਾਂ ਅਸੀਂ ਸਪੇਨ 'ਚ ਮੈਂ ਆਲਰੇਡੀ ਦੱਸਿਆ ਕਿ ਬੁੱਲ ਫਾਈਟਿੰਗ ਹੁੰਦੀ ਨਾ, ਬੁੱਲ ਨੂੰ ਛੱਡਦੇ ਆ, ਇੱਦਾਂ ਹੀ ਪਲੇਅਰਾਂ ਦਾ ਹਾਲ ਆ ਜੀ। ਕਿ ਜਦੋਂ ਟੂਰਨਾਮੈਂਟ ਹੁੰਦੇ ਆ ਪਲੇਅਰਾਂ ਦੀਆਂ ਗੱਡੀਆਂ 2-2 ਕਿਲੋਮੀਟਰ ਜਾਂ 1 ਕਿਲੋਮੀਟਰ ਟੀਮ ਦੀਆਂ ਗੱਡੀਆਂ ਕਿਉਂ ਖੜੀਆਂ ਹੁੰਦੀਆਂ, ਉਹ ਟੀਮ ਉੱਥੇ ਅਨਾਊਂਸ ਕਰੀ ਜਾਂਦੇ ਜੀ ਫਲਾਨੀ ਅਕੈਡਮੀ ਆਈ ਨਹੀਂ ਜੀ, ਆ ਜਾਓ ਆਪਾਂ ਵੇਟ ਕਰਦੇ ਹਾਂ ਵੇਟ ਕਰਦੇ ਹਾਂ। ਉਹ ਕਿਉਂ ਵੇਟ ਕਰਦੇ ਆ? ਮੇਰੇ ਵਰਗਾ ਰੇਡਰ ਜਾਂ ਸਟੋਪਰ ਉਹਦੀ ਨਾੜ ਹੀ ਨਹੀਂ ਲੱਭ ਰਹੀ ਹੁੰਦੀ ਟੀਕਾ ਲਾਉਣ ਨੂੰ, ਜਦੋਂ ਚਿਰ ਦੀ ਨਾੜ ਨਹੀਂ ਲੱਭਣੀ ਟੀਮ ਕਿਵੇਂ ਐਂਟਰ ਕਰੂਗੀ, ਜਦੋਂ ਟੀਕਾ ਲੱਗ ਗਿਆ ਨਾਲ ਹੀ ਟੀਮ ਐਂਟਰ। ਜਿਹੜੀ ਇਹ ਤੁਹਾਨੂੰ ਡੋਜ਼ ਦਿੰਦੇ ਰਹੇ ਆ, ਤੁਸੀਂ ਦੱਸਿਆ ਕਿ 1-2 ML ਤੋਂ ਸ਼ੁਰੂ ਕਰਦੇ ਨੇ, ਇਹ ਫਿਰ ਆਹਿਸਤਾ ਆਹਿਸਤਾ ਇਹਦੀ ਆਦਤ ਪੈ ਜਾਂਦੀ ਹੈ ਜਦ ਤੱਕ ਫਿਰ ਡੋਜ਼ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ? ਸਰ ਜਿਵੇਂ 2 ML ਜਾਂ 1 ML ਤੋਂ ਸ਼ੁਰੂ ਕੀਤੀ, ਫਿਰ ਮੰਨ ਲਓ ਜਿੰਮ ਚਲ ਗਏ, ਉੱਥੇ ਕੋਈ ਬੰਦਾ ਦੇਖਿਆ ਜੀ ਬੈਂਚ ਪ੍ਰੈਸ ਲਾਉਂਦਾ, ਉਹ ਕਹਿੰਦਾ ਜੀ ਮੈਂ 80 ਕਿਲੋ ਦੀ ਲਾ ਦਿੰਦਾ ਬੈਂਚ ਪ੍ਰੈਸ, ਮੈਂ ਸੋਚਦਾ ਯਾਰ ਇਹ ਤਾਂ ਮੇਰੇ ਤੋਂ ਹਲਕਾ ਹੀ ਆ, ਪਰ ਮੈਂ ਥੋੜ੍ਹਾ ਜਿਹਾ ਟਰਮਕ ਲਾਉਣਾ, ਮੈਂ ਤਾਂ 1.5 ਕੁਇੰਟਲ ਹੀ ਲਾ ਦੂੰਗਾ। ਉਹ ਹੌਲੀ ਹੌਲੀ ਜਿੰਮ 'ਚ ਯੂਜ਼ ਕਰਨ ਲੱਗ ਜਾਂਦੇ ਜੀ। ਜਿੰਮ ਤੋਂ ਬਾਅਦ ਫਿਰ ਜਿਵੇਂ 2 ML ਦੀ ਡੋਜ਼ ਸੀਗੀ ਉਹ 2-4 ਹੋ ਗਈ ਜੀ, 4 ਤੋਂ ਹੌਲੀ ਹੌਲੀ ਵੱਧ ਗਈ, ਫਿਰ ਕਹਿ ਲਓ ਕਿ ਉਹ ਚੱਲਦਾ ਰਿਲੈਕਸ ਕਰਨੇ ਨੂੰ ਹੌਲੀ ਹੌਲੀ। ਉੱਥੇ ਜਿਵੇਂ ਬਾਹਰ ਫੋਰਨ 'ਚ ਜਾਂਦੇ ਹਾਂ ਵੀ ਫਰੀ ਟਾਈਮ ਹੋ ਗਿਆ, ਚਲੋ ਯਾਰ ਘੁੰਮਣ ਚੱਲਦੇ ਹਾਂ, ਪੱਬ 'ਚ ਜਾਂਦੇ ਹਾਂ ਕਿਤੇ, ਫਿਰ ਕਹਿੰਦੇ ਰਿਲੈਕਸ ਕਰਨਾ ਯਾਰ ਫਨ ਕਰਨਾ, ਉੱਥੋਂ ਹੈਰੋਨ ਇੰਟਰੋਡਿਊਸ ਕਰਾਤੀ ਜੀ, ਹੈਰੋਨ 'ਤੇ ਹੋ ਗਿਆ ਸ਼ੁਰੂ ਕੰਮ, ਮੁੜ ਕੇ ਉਹ ਫਿਰ ਹੈਬਿਟ ਬਣ ਗਈ। ਜਿੰਨਾ ਚਿਕਰ ਆਪਾਂ ਖੇਡਦੇ ਹਾਂ ਪੈਸਾ, ਅੱਜ ਕੱਲ੍ਹ ਦੱਸਿਆ ਕਰੋੜਾਂ ਦੀ ਕਬੱਡੀ ਪੈਸਾ ਖੁੱਲ੍ਹਾ ਹੁੰਦਾ, ਬਟ ਹੈਰੋਨ ਇੰਨੀ ਮਹਿੰਗੀ ਡਰੱਗ ਆ ਕਿ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ, ਬਟ ਹੌਲੀ ਹੌਲੀ ਜਿੰਨਾ ਚਿਕਰ ਬੰਦਾ ਖੇਡਦਾ ਕਰਦਾ, ਬਟ ਹੌਲੀ ਹੌਲੀ ਸਟੈਮਿਨਾ ਯੂਜ਼ ਕਰਦਾ ਉਹ ਘਟੀ ਜਾਂਦਾ ਘਟੀ ਜਾਂਦਾ, ਅਤੇ ਉਹਨਾਂ ਲੋਕਾਂ ਨੂੰ ਜਿਹਦਾ
ਵੀ ਪਰਫੋਰਮੈਂਸ ਖਤਮ ਹੈ। ਪਰ ਬੀਂਗ ਜਦੋਂ ਮੈਂ ਖੇਡਦਾ ਸੀਗਾ ਨਾ ਜੀ, ਬੀਂਗ ਜਦੋਂ ਡਿਊਰਿੰਗ ਦਾ ਗੇਮ, ਉਦੋਂ ਤਾਂ ਬੜਾ ਵਧੀਆ ਸੀਗਾ, ਉਹਨਾਂ ਨੂੰ ਵੀ ਲੱਗਦਾ ਪਰਫੋਰਮੈਂਸ ਬੜੀ ਵਧੀਆ। ਕੋਈ ਜਿਸਨੇ ਸਪੋਂਸਰ ਕੀਤਾ ਸੀ ਉਹਦੀ ਬੱਲੇ ਬੱਲੇ ਹੁੰਦੀ ਸੀਗੀ ਜੀ, ਫਲਾਨੇ ਪ੍ਰਮੋਟਰ ਨੇ ਟੀਮ ਬੁਲਾਈ ਆ ਜੀ, ਫਲਾਨਾ ਰੇਡਰ ਆ, ਫਲਾਨਾ ਸਟੋਪਰ ਆ, ਬੜੀ ਉਹਨਾਂ ਦੀ ਚੜ੍ਹਤ ਹੁੰਦੀ ਸੀ, ਆਪਣਾ ਵੀ ਵਧੀਆ ਲੱਗਦਾ ਸੀਗਾ ਜੀ। ਬਟ ਹੌਲੀ ਹੌਲੀ ਜਦੋਂ ਸਟੈਮਿਨਾ ਘੱਟ ਗਿਆ, ਜਿਵੇਂ ਇੱਕ ਮੂਵੀਆਂ ਦੇ ਵਿੱਚ ਮਾੜੇ ਗੈਂਗਸਟਰ ਨੂੰ ਨਾ ਜੀ ਪੋਲੀਟਿਕਸ ਮਰਾ ਦਿੰਦੇ ਜਾਂ ਛੱਡ ਦਿੰਦੇ ਵੀ ਚੱਲ ਅਗਲਾ ਬੰਦਾ ਤਿਆਰ ਹੋ ਗਿਆ, ਸੇਮ ਥਿੰਗ ਸੇਮ ਸਟੋਰੀ ਪਲੇਅਰਾਂ ਨਾਲ ਹੁੰਦੀ ਆ, ਉਹ ਕਹਿੰਦੇ ਚੱਲ ਵੀ ਹੁਣ ਅਗਲਾ ਤਿਆਰ ਹੋ ਗਿਆ, ਇਹ ਤਾਂ ਹੁਣ ਡੈਡ ਆ ਜੀ। ਲੇਕਿਨ ਜਦੋਂ ਤੁਸੀਂ ਗੇਮ ਖੇਡਣ ਜਾਂਦੇ ਹੋ ਉੱਥੇ ਇੱਕ ਡੋਪ ਟੈਸਟ ਹੁੰਦਾ, ਬੜਾ ਜ਼ਰੂਰੀ ਹੁੰਦਾ। ਹਾਂਜੀ, ਜਿਹੜਾ ਡੋਪ ਟੈਸਟ ਪਾਸ ਨਹੀਂ ਹੁੰਦਾ ਉਹ ਬੰਦਾ ਗੇਮ ਨਹੀਂ ਖੇਡ ਪਾਉਂਦਾ। ਸਰ ਮੈਂ ਜੀ ਮਹਾਜਨ ਜੀ ਨੂੰ ਵੀ ਪਹਿਲਾਂ ਦੱਸਿਆ ਸੀਗਾ ਜੀ, ਇੱਦਾਂ ਹੀ ਕੋਈ ਕੋਰਸਪੋਂਡੈਂਟ ਮੇਰੇ ਨਾਲ ਪਹਿਲਾਂ ਵੀ ਗੱਲ ਕਰਦੇ ਸੀਗੇ, ਅਤੇ ਜਦੋਂ ਮੈਨੂੰ ਇੰਟਰੋਡਿਊਸ ਕਰਾਈ ਗਈ ਡਰੱਗ, ਅਤੇ ਮੈਂ ਵੀ ਕਿਹਾ ਕਿ ਭਾਅ ਜੀ ਇਹ ਤਾਂ ਡੋਪ ਟੈਸਟ ਹੋਣਾ ਜੀ, ਇਹਦਾ ਮੇਰਾ ਤਾਂ ਫਿਊਚਰ ਖਰਾਬ ਹੋ ਜੂਗਾ। ਉਹਦਾ ਤੈਨੂੰ ਕਾਹਦੀ ਚਿੰਤਾ, ਮੈਂ ਕਿਹਾ ਜੀ ਇੱਥੇ UK 'ਚ ਬੈਠੇ ਹਾਂ, ਡੋਪ ਟੈਸਟ ਹੋਣਾ। ਕਹਿੰਦਾ ਗੋਰਿਆਂ ਨੂੰ ਪੈਸੇ ਮਾੜੇ ਲੱਗਦੇ ਆ, ਆਹ ਜਵਾਬ ਆ। ਹਾਂਜੀ ਸਰ, ਓਬੀਅਸਲੀ ਹੋ ਰਿਹਾ ਜੀ। ਜਿਹੜਾ ਬੰਦਾ ਇੱਕ ਤੁਹਾਨੂੰ ਆਂਸਰ ਕਰ ਰਿਹਾ ਕਹਿੰਦਾ ਕਿ ਮੇਰੀ ਜ਼ਿੰਮੇਵਾਰੀ ਆ, ਕਹਿੰਦਾ ਗੋਰਿਆਂ ਨੂੰ ਪੈਸੇ ਮਾੜੇ ਲੱਗਦੇ ਆ, ਅਤੇ ਇੰਡੀਆ ਦੇ ਵਿੱਚ ਤਾਂ ਕਹਾਵਤ ਹੈ ਕਿ ਪੈਸੇ ਲੈ ਕੇ ਜੋ ਮਰਜ਼ੀ ਕੰਮ ਕਰਾ ਲਓ, ਅਤੇ ਉਸ ਬੰਦੇ ਨੇ ਜਵਾਬ ਦਿੱਤਾ ਕਿ ਗੋਰਿਆਂ ਨੂੰ ਪੈਸੇ ਮਾੜੇ ਲੱਗਦੇ ਆ, ਗੋਰੇ ਵੀ ਇਨਸਾਨ ਹੀ ਆ। ਠੀਕ ਹੈ ਜੀ, ਉੱਥੋਂ ਤੁਸੀਂ ਦੇਖ ਲਓ ਕਿ ਡੋਪ ਟੈਸਟ ਕਿਵੇਂ ਦੇ ਹੁੰਦੇ ਆ। ਸਰ ਮੈਂ ਸੈਨਿਕ ਸਕੂਲ ਤੋਂ ਪੜ੍ਹਿਆ ਜੀ ਪਹਿਲਾਂ, ਉਸ ਤੋਂ ਬਾਅਦ ਕੈਂਪਸ ਚਲਾ ਗਿਆ ਜੀ PU ਪੰਜਾਬ ਯੂਨੀਵਰਸਿਟੀ, MA ਇੰਗਲਿਸ਼ ਕੀਤੀ ਉੱਥੇ। ਉੱਥੇ ਉਦੋਂ ਕੋਈ ਡਰੱਗ ਨਹੀਂ ਯੂਜ਼ ਕੀਤੀ, ਬੜੇ ਵਧੀਆ। ਮੇਰੇ ਖੁਦ ਦੇ ਘਰ ਦੇ ਕਹਿੰਦੇ ਵੀ ਚੰਡੀਗੜ੍ਹ ਜਾ ਕੇ ਲੋਕ ਵਿਗੜ ਜਾਂਦੇ ਆ, ਬਟ ਤੂੰ ਉੱਥੇ ਵਿਗੜਿਆ ਨਹੀਂ। ਮੈਂ ਕਦੀ ਜ਼ਿੰਦਗੀ ਸਮੋਕ ਨਹੀਂ ਕੀਤਾ, ਨਾ ਕਦੀ ਕੋਈ ਤੰਬਾਕੂ ਖਾਧਾ ਜੀ। ਠੀਕ ਹੈ ਜੀ, ਅਤੇ ਹੁਣ ਮੇਰੇ ਕੋਲ ਫਰੈਂਡ ਸਰਕਲ ਆ, ਉੱਦਾਂ ਵੀ ਕਹਿੰਦਾ ਯਾਰ ਤੂੰ ਉਦੋਂ ਤਾਂ ਵਿਗੜਿਆ ਨਹੀਂ ਅਤੇ ਹੁਣ ਕਿੱਥੇ ਆ ਕੇ ਵਿਗੜ ਗਿਆ ਨਾ। ਅਤੇ ਉਹ ਤੋਂ ਜਦੋਂ ਫਰੈਂਡ ਸਰਕਲ ਤੁਹਾਡਾ, ਤੁਹਾਨੂੰ ਥੋੜ੍ਹਾ ਥੋੜ੍ਹਾ ਇਗਨੋਰ ਕਰਨ ਲੱਗ ਜਾਂਦਾ। ਇਹ ਨਹੀਂ ਕਿ ਮੈਂ ਫਾਈਨੈਂਸ਼ਲੀ ਨਹੀਂ ਗੱਲ ਕਰਦਾ, ਚਲੋ ਮਹਾਰਾਜ ਦੀ ਕਿਰਪਾ, ਬਟ ਇੱਕ ਕਲਚਰ 'ਚ ਆਪਾਂ ਕਦੇ ਸਪੋਜ ਮੈਰਿਜ 'ਤੇ ਜਾਣਾ, ਅੱਗੇ ਹੁੰਦਾ ਸੀਗਾ ਪ੍ਰੋਗਰਾਮ, ਯਾਰ ਮੈਨੂੰ ਘਰੋਂ ਚੱਕਣ ਆਉਂਦੇ ਸੀਗੇ ਸਾਰੇ ਫਰੈਂਡ, ਅਤੇ ਹੁਣ ਉਹੀ ਫਰੈਂਡ ਮੈਨੂੰ ਫੋਨ ਵੀ ਨਹੀਂ ਕਰਦੇ ਕਿ ਆਪਾਂ ਮੈਰਿਜ 'ਤੇ ਜਾਣਾ। ਠੀਕ ਹੈ ਜੀ, ਜਿਹੜੇ ਆਪਾਂ ਕਹਿੰਦੇ ਸੀ ਅਣਮੁੱਲੇ ਯਾਰ ਜਾਂ ਜਿਗਰੀ ਯਾਰ, ਉਹੀ ਅਣਮੁੱਲੇ ਯਾਰ ਕਹਿੰਦੇ ਵੀ ਉਹ ਸੋਚਦੇ ਵੀ ਨਹੀਂ ਯਾਰ, ਇਹ ਤਾਂ ਹੁਣ ਜਦੋਂ ਆਪਾਂ ਇੱਕ ਸਟੀਰੋਇਡ ਯੂਜ਼ ਕਰਦੇ ਹਾਂ ਉਦੋਂ ਤਾਂ ਕਹਿੰਦੇ ਆ ਵੀ ਪਲੇਅਰ ਆ ਜੀ ਇਹ, ਜਦੋਂ ਆਪਾਂ ਗੇਮ ਛੱਡ ਦਿੱਤੀ ਫਿਰ ਕਹਿੰਦੇ ਜੀ ਡਰੱਗ ਹੀ ਬਣ ਗਿਆ। ਠੀਕ ਹੈ ਜੀ, ਜਿੰਨਾ ਚਿਕਰ ਉਹੀ ਡਰੱਗ ਉਹੀ ਸਟੀਰੋਇਡ ਯੂਜ਼ ਕਰਦੇ ਹਾਂ, ਬੱਲੇ ਬੱਲੇ ਹੁੰਦੀ ਆ, ਇਨਾਮ ਮਿਲਦੇ, ਪੈਸਾ ਮਿਲਦਾ, ਕਹਿੰਦੇ ਵੀ ਬਹੁਤ ਵਧੀਆ ਪਲੇਅਰ ਆ, ਸਟੀਰੋਇਡ ਯੂਜ਼ ਕਰਦਾ, ਕੋਈ ਗੱਲ ਨਹੀਂ। ਜਦੋਂ ਆਪਾਂ ਹਟ ਜਾਂਦੇ ਹਾਂ ਕਹਿੰਦੇ ਤਾਂ ਸਾਡਾ ਡਰੱਗ ਹੀ ਆ ਜੀ, ਉਹੀ ਚੀਜ਼, ਉਹੀ ਡਾਇਟ ਹੁੰਦੀ ਆ, ਉਹੀ ਸਾਰਾ ਕੁਛ ਹੁੰਦਾ, ਉਹੀ ਬੰਦਾ ਹੁੰਦਾ, ਬਟ ਟੈਗ ਚੇਂਜ ਹੋ ਜਾਂਦਾ ਜੀ। ਕਦੋਂ ਪਤਾ ਲੱਗਾ? ਪਹਿਲਾਂ ਹੀ ਗ੍ਰਿਫਟ ਵਿੱਚ ਤਾਂ ਦੱਸਿਆ ਸੀ ਆ ਗਏ ਸੀਗੇ ਜੀ, ਹੈ ਨਾ। ਹੌਲੀ ਹੌਲੀ ਤੁਹਾਨੂੰ ਮੈਂ ਪਹਿਲਾਂ ਹੀ ਰਿਪੀਟ ਕੀਤਾ, ਹੁਣ ਕਰਨ ਲੱਗਿਆ ਜੀ ਬਈ ਫਰੈਂਡ ਸਰਕਲ ਜਾਂ ਤੁਹਾਡੇ ਹੋਰ ਜਿੰਨੇ ਵੀ ਨੀਅਰ ਐਂਡ ਡੀਅਰ ਹੁੰਦੇ ਆ ਤੁਹਾਨੂੰ ਰਿਫਿਊਜ਼ ਕਰਨ ਲੱਗ ਜਾਂਦੇ, ਇਗਨੋਰ ਕਰਨ ਲੱਗ ਜਾਂਦੇ ਆ, ਫਿਰ ਤੁਹਾਨੂੰ ਪਤਾ ਲੱਗਦਾ ਯਾਰ ਮੈਂ ਕਿੱਥੇ ਪੜ੍ਹਿਆ, ਯਾਰ ਮੇਰੀ ਕੀ ਐਜੂਕੇਸ਼ਨ, ਮੇਰੀ ਕੀ ਫੈਮਿਲੀ ਆ, ਮੈਨੂੰ ਲੱਗਿਆ ਵੀ ਯਾਰ ਮੈਂ ਮੇਰੇ ਕੀ ਸੀਗੇ ਏਮ, ਹੈ ਨਾ। ਮੈਂ ਚਾਹੁੰਦਾ ਸੀਗਾ ਕਿ ਮੈਂ ਵੀ ਇੱਕ ਸਪੋਰਟਸ ਸਟਾਰ ਬਣਾ ਜਾਂ ਕਿੱਦਾਂ, ਬਟ ਮੈਨੂੰ ਕਿੱਥੇ ਯਾਰ, ਉਹਨੂੰ ਕਿਸਮਤ ਕਹਿ ਸਕਦੇ ਹਾਂ, ਲੱਕ ਕਹਿ ਸਕਦੇ ਹਾਂ, ਬਟ ਲੱਕ ਤਾਂ ਹੁਣ ਕਹਿੰਦੇ ਨਾ ਜੀ ਰੋਟੀ ਪਲੇਟ 'ਚ ਪਈ ਹੋਵੇ ਤਾਂ ਖਾਣੀ ਤਾਂ ਆਪ ਹੀ ਪੈਣੀ ਆ, ਬਟ ਫਿਰ ਫੈਮਿਲੀ ਕਰਕੇ ਕਹਿ ਲਓ ਜਾਂ ਸਾਰਾ ਆਪਣੇ ਕਰਕੇ ਕਹਿ ਲਓ, ਹੈ ਨਾ ਜੀ, ਮੈਂ ਇਹਨੂੰ ਕੁਇਟ ਕਰਨਾ ਚਾਹੁੰਦਾ ਸੀਗਾ। ਮੈਂ ਬਿਲਕੁਲ ਕਰ ਰਿਹਾ ਜੀ, ਕੋਈ ਪ੍ਰਮੋਟਰ ਦਾ ਕੋਈ ਪਲੇਅਰ ਪੈਟ ਨਹੀਂ ਹੈਗਾ ਜੀ, ਨਾ ਉਹਦੀ ਕੋਈ ਟੀਮ ਪੈਟ ਆ। ਅੱਜ ਕੋਈ ਅਕੈਡਮੀ ਹੈ, ਕੋਈ ਅਕੈਡਮੀ ਉਹਨੇ ਅੱਜ ਮੈਨੂੰ ਸਪੋਂਸਰ ਕੀਤਾ, ਕੱਲ੍ਹ ਨੂੰ ਕਿਸੇ ਨੂੰ ਕਰੂਗਾ। ਠੀਕ ਹੈ ਜੀ, ਮੈਂ ਸਾਰੇ ਪ੍ਰਮੋਟਰਾਂ ਨੂੰ ਨਹੀਂ ਕਹਿੰਦਾ ਜੀ ਗਲਤ ਆ, ਵਿੱਚੋਂ ਕੁਛ ਕੁ ਬੰਦੇ, ਬਟ ਕਹਿੰਦੇ ਰਹਿੰਦਾ ਜੀ ਇੱਕ ਗੰਦੀ ਮੱਛੀ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਆ। ਉਹੀ ਚੀਜ਼ ਆ ਜੀ, ਮੈਂ ਜਿਹੜੇ ਲੋਕ ਨੇ ਕੁਛ ਬੰਦੇ ਉਹਨਾਂ ਨੂੰ ਆਪਣੇ ਨੇਮ ਫੇਮ ਨਾਲ ਮਤਲਬ ਆ, ਉਹਦੇ ਵਿੱਚ ਬਲੈਕ ਮਨੀ ਵਾਈਟ ਕਰਦੇ, ਕਾਰਪੋਰੇਟ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ। ਠੀਕ ਹੈ ਜੀ, ਹੁਣ ਕਬੱਡੀ ਦੇ ਉੱਪਰ ਲੱਖਾਂ ਰੁਪਈਆ ਅੱਜ ਕੱਲ੍ਹ ਆਪਾਂ ਸੁਣਦੇ ਹਾਂ ਜੀ ਰੇਡ 'ਤੇ ਲੱਗ ਗਿਆ, ਸਟੋਪ 'ਤੇ ਲੱਗ ਗਿਆ। ਹੁਣ ਇੱਕ ਬੰਦਾ ਉੱਥੇ ਕਮਾਈ ਕਰਦਾ ਜੀ 10,000 ਪਾਊਂਡ, ਕਿਹੜਾ ਬੰਦਾ ਲਾ ਦੂਗਾ ਜੀ ਇੰਨੇ ਮਿਹਨਤ ਕਰਕੇ ਕਮਾਈ ਹੈ ਇੱਕ ਕਿਸੇ ਦੀ ਦਮ 'ਤੇ ਜਾਂ ਸਟੋਪ 'ਤੇ।
ਤੁਸੀਂ ਤੁਸੀਂ ਵੀ ਸਿਆਣੇ ਹੋ, ਤੁਸੀਂ ਕਿਹੜਾ ਬੰਦਾ ਲਾ ਦੂਗਾ 10,000 ਪਾਉਣ? ਇਹ ਹੁਣ 1 ਪਾਉਂਡ ਦੀ ਬਹੁਤ ਵੈਲਿਊ ਆ, 1 ਪਾਉਂਡ ਦੇ ਨਾਲ 2 ਪਾਉਂਡ ਦਾ ਬੰਦਾ ਰੋਟੀ ਖਾ ਸਕਦਾ ਉੱਥੇ, 10,000 ਪਾਉਂਡ ਨਾਲ 10 ਕੁੜੀਆਂ ਦੇ ਵਿਆਹ ਹੋ ਸਕਦੇ ਆ। ਬਟ ਉਹ ਲੋਕ ਸੋਚਦੇ ਯਾਰ ਕਬੱਡੀ 'ਤੇ ਲਾ ਰਿਹਾ ਬੰਦਾ 10,000 ਪਾਉਂਡ, ਬਟ ਇਹ ਤਾਂ ਨਹੀਂ ਪਤਾ ਕਿਹੜੇ ਕਾਰਪੋਰੇਟ ਦਾ ਬਲੈਕ ਮਨੀ ਇਹ 'ਚ ਲੱਗਿਆ ਆ। ਉਹ ਪਲੇਅਰ ਦੇ ਕੋਲ ਜਾਂਦਾ ਨਹੀਂ ਪੂਰਾ ਪੈਸਾ, ਉਹਦੇ ਵਿੱਚੋਂ 50% ਵਾਪਸ ਕਿੱਦਾਂ ਉਹਨਾਂ ਦੇ ਕੋਲ ਜਾਣੇ ਆ, ਕਿੰਨੇ ਕੋਚ ਕੋਲ ਜਾਣੇ ਆ, ਕਿੰਨੇ ਮੈਨੇਜਰ ਤੋਂ ਜਾਣੇ ਆ, ਕਿੰਨੇ ਪਲੇਅਰ ਤੋਂ ਆਉਣੇ ਆ। ਪਲੇਅਰ ਦੇ ਪੱਲੇ ਦਾ ਜੀ ਬਸ 10% ਪੈ ਜੂਗਾ ਜਾਂ 15 ਪੈ ਜੂਗਾ, ਬਾਕੀ ਤਾਂ ਇੱਕ ਗੇਮ ਆ ਜੀ, ਇੱਕ ਸਿਸਟਮ ਬਣਾਇਆ ਹੋਇਆ, ਚੇਨ ਬਣਾਈ ਹੋਈ ਉਹਨਾਂ ਨੇ ਨਾ ਸਾਰੀ। ਉੱਥੇ ਰੈੱਡ ਕ੍ਰਾਸ ਨਸ਼ਾ ਛਡਾਓ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰਮੇਸ਼ ਮਹਾਜਨ ਦਾ ਕਹਿਣਾ ਸੀ ਕਿ ਇਹ ਨਸ਼ੀਲਾ ਇੰਜੈਕਸ਼ਨ ਆਪਰੇਸ਼ਨ ਥੀਏਟਰ ਦੇ ਵਿੱਚ ਗੰਭੀਰ ਮਰੀਜ਼ਾਂ ਦੇ ਲਈ ਉਪਲਬਧ ਰਹਿੰਦਾ ਹੈ ਅਤੇ ਉਹ ਇਹੀ ਇੰਜੈਕਸ਼ਨ ਖਿਡਾਰੀ ਨੂੰ ਲਗਾਇਆ ਜਾਂਦਾ ਹੈ ਜਦੋਂ ਖਿਡਾਰੀ ਦੇ ਵਿੱਚ ਹਾਥੀ ਜਿਹੀ ਤਾਕਤ ਆ ਜਾਂਦੀ ਹੈ ਅਤੇ ਉਹ ਵਿਰੋਧੀ ਟੀਮ ਦੇ ਕਿਸੇ ਵੀ ਖਿਡਾਰੀ ਤੋਂ ਹਰਾ ਸਕਦਾ ਹੈ ਪਰ ਇਸ ਦੀ ਜ਼ਿਆਦਾ ਡੋਜ਼ ਨੁਕਸਾਨ ਦੇ ਸਕਦੀ ਹੈ ਅਤੇ ਹੌਲੀ ਹੌਲੀ ਖਿਡਾਰੀ ਇਸ ਦਾ ਆਦੀ ਹੋ ਜਾਂਦਾ ਹੈ। ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਖਿਡਾਰੀਆਂ ਨੂੰ ਅਤੇ ਖੇਡ ਨੂੰ ਬਚਾਉਣਾ ਹੈ ਤਾਂ ਸਰਕਾਰਾਂ ਨੂੰ ਇਸ ਦੇ ਉੱਪਰ ਸਖ਼ਤ ਕਦਮ ਚੁੱਕਣੇ ਚਾਹੀਦੇ ਨੇ। ਅੰਤਰਰਾਸ਼ਟਰੀ ਖਿਡਾਰੀ ਹੈ ਪਰ ਪ੍ਰਮੋਟਰ ਨੇ ਇਹਨੂੰ ਟਰਮੀਨਲ ਇੰਜੈਕਸ਼ਨ ਜਿਹੜਾ ਕਿ ਪ੍ਰੀਵਿਟਡ ਹੈ, ਜਿਹੜਾ ਕਿ ਅਮਰ ਲਾਈਫ ਸੇਵਿੰਗ ਇੰਜੈਕਸ਼ਨ ਹੈ, ਉਹ ਮਜਬੂਰ ਕੀਤਾ ਜਾਂਦਾ ਕੀਤਾ ਸੀਗਾ ਇਹਨੂੰ ਵੀ ਉਹ ਲਾ ਕੇ ਲਏਗਾ ਤਾਂ ਹੀ ਤੈਨੂੰ ਰੇਟ 'ਤੇ ਭੇਜਣਾ ਅਤੇ ਇਹਨੇ ਕਾਫੀ ਦੇਰ ਰਸਿਸਟ ਕੀਤਾ ਪਰ ਆਖਿਰ ਉਹਦੀ ਗੱਲ ਮੰਨੀ ਪਈ ਕਿਉਂਕਿ ਉਹਦੇ ਵਿੱਚ ਪੈਸੇ ਦੀ ਇਨਵਾਲਵਮੈਂਟ ਸੀਗੀ। ਇਹਦਾ ਕੋਈ ਕਸੂਰ ਨਹੀਂ ਹੈ। ਇਹਨੇ ਜਦੋਂ ਇਹਦੀ ਬਾਡੀ ਖਰਾਬ ਹੋ ਗਈ ਤਾਂ ਇਹਨੇ ਫਿਰ ਰੈੱਡ ਕ੍ਰਾਸ ਨਸ਼ਾ ਛੁਡਾਓ ਕੇਂਦਰ ਗੁਰਦਾਸਪੁਰ ਨੂੰ ਸਰਚ ਕਰਕੇ ਇੱਥੇ ਆਪਣਾ ਇਲਾਜ ਕਰਾਇਆ ਅਤੇ ਹੁਣ ਬਿਲਕੁਲ ਠੀਕ ਠਾਕ ਹੈ। ਇਹ ਜਿਹੜਾ ਇੰਜੈਕਸ਼ਨ ਤੁਸੀਂ ਗੱਲ ਕਰ ਰਹੇ ਹੋ ਇਹ ਕਿਸ ਤਰੀਕੇ ਦਾ ਇੰਜੈਕਸ਼ਨ ਹੁੰਦਾ ਅਤੇ ਬੋਡੀ 'ਚ ਲੱਗਣ ਨਾਲ ਕੀ ਅਸਰ ਪੈਂਦਾ ਬੋਡੀ 'ਤੇ? ਇਹ ਲਾਈਫ ਸੇਵਿੰਗ ਇੰਜੈਕਸ਼ਨ ਹੈ ਅਤੇ ਇਹ ਜਦੋਂ ਬਾਡੀ 'ਚ ਜਾਂਦਾ ਇੱਕ ਘੰਟਾ ਇਹਦਾ ਇੰਨਾ ਅਸਰ ਹੁੰਦਾ ਵੀ ਇਹਦੇ 'ਚ ਇੱਕ ਹਾਥੀ ਜਿੰਨਾ ਜਾਨ ਆ ਜਾਂਦੀ ਹੈ। ਉਹਦੇ ਨਾਲ ਇਹ ਜਦੋਂ ਰੇਡ ਕਰਦੇ ਆ ਅਪੋਜਿਟ ਪਾਰਟੀ ਨੂੰ ਡਿਫੀਟ ਕਰਨ ਵਿੱਚ ਇਹਦੀ ਕਾਫੀ ਸਹਾਇਤਾ ਮਿਲਦੀ। ਕਿੰਨੇ ML ਤੱਕ ਇਹ ਸੇਫ ਰਹਿੰਦਾ ਵਾ ਸਰੀਰ ਦੇ ਵਿੱਚ ਅਤੇ ਕਿੰਨੇ ML ਜ਼ਿਆਦਾ ਹੋ ਜਾਏ ਤਾਂ ਕਿੱਥੇ ਜਾ ਕੇ ਮੌਤ ਵੀ ਹੋ ਸਕਦੀ? ਇਹ ਤਾਂ 1 ML ਅਤੇ ਹਾਫ ML ਲਾਉਂਦੇ ਆ ਜਦੋਂ ਡਾਕਟਰ ਜਿਹੜੇ ਕੋਈ ਓਪਰੇਸ਼ਨ ਕਰਨਾ ਹੁੰਦਾ ਜਦੋਂ ਕਿਸੇ ਦੀ ਲਾਈਫ ਬਚਾਉਣੀ ਹੁੰਦੀ ਹੈ। 1 ML ਤਾਂ ਬਹੁਤ ਜ਼ਿਆਦਾ ਡੋਜ਼ ਹੁੰਦੀ ਹੈ ਪਰ ਇਹਨਾਂ ਨੂੰ ਪ੍ਰਮੋਟਰ ਜਿਹੜੇ ਆ 1 ML ਦੀ ਪਹਿਲਾਂ ਦਿੰਦੇ ਡੋਜ਼ ਟਰਮੀਨਲ ਦੀ ਕਰਦੀਆਂ ਨੇ। ਕਈ ਕੁਛ ਕਿਹਾ ਜਾਂਦਾ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਏਗਾ ਪਰ ਜਿਸ ਤਰੀਕੇ ਨਾਲ ਖੇਲਾਂ ਦੇ ਵਿੱਚ ਵੀ ਗੇਮਾਂ ਦੇ ਵਿੱਚ ਵੀ ਨਸ਼ਾ ਆ ਰਿਹਾ, ਕੀ ਕਹਿਣਾ ਚਾਹੋਗੇ? ਇਹ ਸਭ ਪੈਸੇ ਦੇ ਲਾਲਚ ਵਿੱਚ ਪਾਰਟੀਸ਼ਨ ਕਰਵਾ ਰਹੇ ਆ, ਪ੍ਰਮੋਟਰ ਕਰਵਾ ਰਹੇ ਆ। ਇਹ ਰਾਤੋ ਰਾਤ ਅਮੀਰ ਬਣਦੇ ਸੁਪਨੇ ਲੈ ਕੇ ਸਾਡੇ ਸਪੋਰਟਸਮੈਨ ਖਰਾਬ ਕਰ ਰਹੇ ਨੇ। ਮੈਂ ਤਾਂ ਇਹੋ ਅਪੀਲ ਕਰਾਂਗਾ ਵੀ ਇਹਨਾਂ ਤੋਂ ਬਚੋ ਅਤੇ ਤਾਂ ਜੋ ਆਪਣੇ ਸਪੋਰਟਸਮੈਨ ਜਿਹੜੇ ਆ ਵਿਦਆਊਟ ਕਿਸੇ ਇੰਜੈਕਸ਼ਨ ਦੇ, ਵਿਦਆਊਟ ਕਿਸੇ ਕੋਈ ਐਡਿਕਸ਼ਨ ਦੇ ਅੱਗੇ ਆ ਕੇ ਆਪਣੀ ਦੇ ਪਰਫਾਰਮੈਂਸ ਤਾਂ ਉਹ ਬੈਟਰ ਰਹੇਗਾ। ਅਤੇ ਖਿਡਾਰੀਆਂ ਨੂੰ ਆਪਣੀ ਜੇ ਆਪਾਂ ਸਪੋਰਟਸ ਬਚਾਉਣੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ 'ਤੇ ਨਿਗਰਾਨੀ ਰੱਖੇ। ਜਿਹੜੇ ਡੋਪ ਟੈਸਟ ਫਰਜ਼ੀ ਕਰਵਾਏ ਜਾਂਦੇ ਆ ਇਹਨਾਂ 'ਤੇ ਵੀ ਸਰਕਾਰ ਨੂੰ ਸਖਤੀ ਨਾਲ ਨਜ਼ਰ ਰੱਖਣੀ ਚਾਹੀਦੀ ਹੈ। ਗੁਰਦਾਸਪੁਰ ਤੋਂ ਲਖਨ ਪਾਲ ਦੀ ਰਿਪੋਰਟ, ਦਿਵਿਆ ਪੰਜਾਬ TV।